पति पत्नी एक दूजे दे जीवन भर दे साथी हुंदे ने, पर जेकर रब तुहाडे को तुहाडा साथी ही खो लवे तां की बीतेगी। अजिहा ही मामला संगरूर दे भवानीगढ़ तो देखण नूं मिलिया, जिथे उस समय दर्दनाक हादसा वापर गया जद एक ट्रक ने स्कूटरी सवार पति पत्नी नूं टक्कर मार दिती, जिस कारण महिला दी ट्रक दे टायर थले आण नाल मौके ते मौत हो गई, जबकि महिला दा पति बाल बाल बच गया। हादसा असीं क्रॉस कर रहे सी, पिछों ये ट्रक आया बलियार रोड तो, लोगों ने रौला भी पाया भी वह मतलब जा रहे ने, रोकया नहीं है जी, बहुत तेज स्पीड में आया तो ट्रक उत्ते चढ़ाता जी, ड्राइवर भज गया उतर के जी। स्कूटरी मैं चला रहा जी, भाई बैठे जी, मौके से डैथ हो गई, पैर थले आ गया जी उनका सिर, बलियार रोड तो जी, असी हाँ इधरों आ रहे थे अपना राम रोड, काफ़ी स्पीड थी, बहुत तेज कटे ने ट्रक, बहुत स्पीड ना इन्हें देखा नहीं कोई, ना इधर ना उधर, भजा के ट्रक चाड़ता उत्ते, मेरा हत्थां हत्थां ते लगियां सट्टां, किस तरह लगिया ने, स्कूटरी थले आ गई सड़ी। नाम की है जी? गुरध्यान सिंह। ਕਿਵੇਂ ਹਾਦਸਾ ਹੋਇਆ ਇਹ? ਇਹ ਬਲਿਆਲ ਰੋਡ ਤੋਂ ਆਪਣਾ ਇੱਧਰੋਂ ਟਰੱਕ ਆ ਰਿਹਾ ਸੀ, ਨਾਲੇ ਆਪਣੇ ਸਕੂਟਰੀ ਆ ਰਹੀ ਸੀ, ਇੱਕ ਲੇਡੀ ਇੱਕ ਜੈਂਟਸ, ਅਤੇ ਉਹ ਕਨੈਕਟਰ ਸਾਈਡ ਟਰੱਕ ਥੱਲੇ ਆ ਗਏ ਅਤੇ ਲੇਡੀ ਦੀ ਔਨ ਸਟੋਪ ਡੈਥ ਹੋ ਗਈ। ਅਤੇ ਉਹ ਹਸਨ ਬਾਈ ਵਾਈਫ ਆ ਰਹੇ ਸੀ। ਟਰੱਕ ਵਾਲਾ ਕਿੱਧਰੋਂ ਆ ਰਿਹਾ ਸੀ? ਟਰੱਕ ਵਾਲਾ ਬਲਿਆਲ ਰੋਡ ਤੋਂ ਆ ਰਿਹਾ ਸੀ। ਤੁਹਾਨੂੰ ਕੀ ਲੱਗਿਆ ਵੀ ਗਲਤੀ ਕਿਹਦੀ ਲੱਗੀ ਤੁਹਾਡੇ ਹਿਸਾਬ ਨਾਲ? ਅਤੇ ਗਲਤੀ ਤਾਂ ਦੇਖੋ ਟਰੱਕ ਵਾਲੇ ਦੀ ਲੱਗਦੀ ਆ। ਸਕੂਟਰੀ ਤੇ ਜਗਵਿੰਦਰ ਕੌਰ ਉਹਨਾਂ ਦੇ ਪਤੀ ਹਰਪਾਲ ਸਿੰਘ ਵਾਸੀ ਭਵਾਨੀਗੜ੍ਹ ਬੈਠੇ ਸੀਗੇ, ਉਹ ਜਦੋਂ ਬਲਿਆਲ ਘੱਟ ਕ੍ਰੋਸ ਕਰਨ ਲੱਗੇ ਤਾਂ ਉਹਨਾਂ ਦਾ ਜਿਹੜਾ ਸਕੂਟਰ ਹੈ ਉਹ ਟਰੱਕ ਨਾਲ ਟਕਰਾ ਗਿਆ। ਜਗਵਿੰਦਰ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਜੀ, ਜਿਹੜੇ ਉਹਨਾਂ ਦੇ ਘਰ ਵਾਲੇ ਸੀ ਹਸਬੈਂਡ ਉਹ ਠੀਕ ਨਹੀਂ ਗਏ। ਅਸੀਂ FIR ਲੌਂਚ ਕਰ ਦਿੱਤੀ ਹੈਗੀ, ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਉੱਥੇ ਸਾਡੇ CCTV ਲੱਗੇ ਆ, ਉਹ ਚੈੱਕ ਕਰਕੇ ਦੇਖਾਂਗੇ ਕਿੰਨਾ ਦੀ ਗਲਤੀ ਸੀ, ਜਿਵੇਂ ਵੀ ਹੈਗਾ ਗਾ ਉਹਦੇ 'ਤੇ ਅੱਗੇ ਇਨਵੈਸਟੀਗੇਸ਼ਨ ਕਰਕੇ ਕਾਰਵਾਈ ਕੀਤੀ ਜਾਏਗੀ। ਟਰੱਕ ਅਸੀਂ ਮੌਕੇ ਤੋਂ, ਸਾਡੀ ਟੀਮ ਚੱਲ ਗਈ ਸੀ ਮੌਕੇ ਤੋਂ, ਅਸੀਂ ਲੈਣ ਦਾ ਸੀ, ਜਿਹੜਾ ਡਰਾਈਵਰ ਹੈ ਉਹ ਮੌਕੇ ਤੋਂ ਭੱਜ ਗਿਆ ਸੀ, ਅਤੇ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਟਰੱਕ ਸਾਡੇ ਕਬਜ਼ੇ 'ਚ ਲੈ ਲਿਆ। ਬਿਊਰੋ ਰਿਪੋਰਟ, ਸਾਂਝ TV। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।